ਹਾਸਿਆਂ ਦੇ ਤੂਫਾਨ ਸਭ ਦੇ ਦਿਲ ਦੀ ਜਾਨ ਭਗਵੰਤ ਮਾਨ ਜਨਤਾ ਦੀ ਕਚਹਿਰੀ ਵਿੱਚ ਹਾਜ਼ਰ ਹੋ ਮੈਂ ਜੋ ਕਹੂੰਗਾ ਸੱਚ ਕਹੂੰਗਾ ਸੱਚ ਤੋਂ ਬਿਨਾ ਕੁਝ ਨਹੀਂ ਕਹੂੰਗਾ ਝੂਠ ਬੋਲਣ ਵਾਸਤੇ 10000 ਰੁਪਏ ਵਕੀਲ ਨੂੰ ਦਿੱਤਾ ਹੀ। ਮਿਲਾਟ ਕਾਰਵਾਈ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਜਾਜ਼ਤ ਹੈ। ਮੇਰੇ ਪਿਆਰੇ ਇਮਾਨਦਾਰੋ ਰਿਸ਼ਵਤਖੋਰੋ ਵੈਸ਼ਨੂ ਤੇ ਸ਼ਰਾਬੀਓ ਪਿਆਰੇ ਵੀਰੋ ਭੈਣੋ ਭਰਾਵੋ ਬਜ਼ੁਰਗੋ ਤੇ ਭਾਬੀਓ ਡਰਾਈਵਰੋ ਕਨੈਕਟਰੋ ਆਦੀ ਤੇ ਪੂਰੀ ਸਵਾਰੀਓ ਬਾਕਵਾਕ ਮੈਕਮੇ ਦੇ ਮੁਲਾਜ਼ਮੋ ਪ੍ਰਾਈਵੇਟ ਜਾਂ ਸਰਕਾਰੀਓ ਬਿਜਲੀ ਫੂਡ ਸਪਲਾਈ ਕਾਨੂੰਗੋ ਜਾਂ ਪਟਵਾਰੀਓ ਪੂਰੇ ਪੰਜਾਬ ਦੀਓ ਨੂਹੋ ਤੇ ਸਸੋ ਝਗੜੇ ਛੱਡ ਕੇ ਦੋ ਕਮਿੰਟ ਹੱਸੋ ਮੇਰੇ ਪਿਆਰੇ ਪਿੰਡੂ ਸ਼ਹਿਰੀ ਸ਼ਾਦੀ ਸ਼ੋਦਾ ਛੜੇ ਤੇ ਕੁਆਰਿਓ ਛੋਟੇ ਵੱਡੇ ਦੁਕਾਨਦਾਰੋ ਤੇ ਕਲਾਕਾਰੋ ਸਾਰੇਓ ਜਨਤਾ ਦੀ ਕਚੇਰੀ 'ਚ ਹਾਜ਼ਰ ਹੈ ਤੁਹਾਡਾ ਗੁਨਾਹਗਾਰ ਭਗਵੰਤ ਮਾਨ ਮਿਲੋਟ ਮਾਫ ਕਰਨਾ ਮਿਲੋਟ ਮੈਂ ਥੋੜਾ ਜਿਹਾ ਅੰਡਰ ਪ੍ਰੈਸ਼ਰ ਹੋ ਗਿਆ ਸੀ ਤੁਸੀਂ ਵੇਖ ਹੀ ਲਿਆ ਹੋਣਾ ਹੈ ਇਸ ਚੋਸ ਚਲਾਕ ਤੇਜ਼ ਤਰਾਰ ਤੇ ਸ਼ੈਤਾਨ ਆਦਮੀ ਨੇ ਆਪਣੇ ਗੁਨਾਹਾਂ ਦੀ ਫਾਈਲ ਆਨਸਾਰ ਖੋਲ੍ਹ ਦਿੱਤੀ ਹੈ ਇਹ ਮੁਜ਼ਰਮ ਭਗਵੰਤ ਸਿੰਘ ਉਰਫ ਭਗਵੰਤ ਮਾਨ ਵਲਦ ਮਹਿੰਦਰ ਸਿੰਘ ਮਾਨ ਜੱਜ ਸਾਹਿਬ ਮੇਰੇ ਬਾਪੂ ਨੂੰ ਵਲਦ ਕਹਿੰਦਾ ਜੀ ਕਾਰਵਾਈ ਜਾਰੀ ਰੱਖੀ ਜਾਵੇ ਮੇਰਾ ਮਤਲਬ ਹੈ ਸਨ ਆਫ ਸਨ ਆਫ ਸਨ ਆਫ ਮਹਿੰਦਰ ਸਿੰਘ ਮਾਨ ਪੈਂਡ ਸਟਾਜ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਤੇ ਅੱਜ ਕੱਲ੍ਹ ਵਾਸੀ ਪਟਿਆਲਾ ਮਿਲਕਾਰ ਨਹੀਂ ਲੈ ਲੋ ਤੁਸੀਂ ਕਿਉਂ ਟਾਈਮ ਖਰਾਬ ਕਰਦੇ ਹੋ ਆਰਡਰ ਆਰਡਰ ਮੇਰਾ ਮਤਲਬ ਮੈਂ ਦਾ ਪਿਛੋਕਰ ਦੱਸਿਆ ਇਸ ਮੁਜ਼ਰਮ ਉਤੇ ਇਲਜ਼ਾਮ ਨੇ ਕਿਹੜੇ ਰੋਂਦਿਆਂ ਨੂੰ ਹਸਾਇਆ ਤੇ ਵੱਖ-ਵੱਖ ਮਹਿਕਮਿਆਂ ਤੇ ਤਵਾ ਲਾਇਆ ਬਲਕਿ ਕਈ ਮਹਿਕਮਿਆਂ ਦੇ ਭੇਤ ਖੋਲੇ ਨੇ ਇਸ ਤੋਂ ਪਹਿਲਾਂ ਕਿ ਮੈਂ ਹੋਰ ਸਵਾਲ ਕਰਾਂ ਪਹਿਲਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੋ ਹਰੇ ਤੱਕ ਪੇ ਤਬਣੀ ਹੋਈ ਹੈ ਤੁਹਾਡੀ ਜਨਮ ਤਾਰੀਖ ਕੀ ਹੈ ਤੁਸੀਂ ਮੇਰੇ ਜਨਮ ਦੀ ਤਰੀਖ ਬਾਰੇ ਨਾ ਪੁੱਛੋ ਜੀ ਇਹਦੇ ਵਿੱਚ ਵੀ ਦੋ ਤਿੰਨ ਮਹਿਕਮਿਆਂ ਦੇ ਭੇਦ ਖੁੱਲ ਜਾਣਗੇ ਨੋਟ ਕੀਤਾ ਜਾਵੇ ਮੀ ਲੋਡ ਇਹਦੇ ਨਾਲ ਵੀ ਦੋ ਤਿੰਨ ਮਹਿਕਮਿਆਂ ਦੇ ਭੇਦ ਖੋਲਣ ਨੂੰ ਫਿਰਦਾ ਹੈ ਮੈਂ ਤਾਂ ਜਨਾਬ 2000 ਰੁਪਇਆ ਰਿਸ਼ਵਤ ਦੇ ਕੇ ਜੰਮਿਆ ਹੋਇਆ ਜੀ ਹੂੰ 2000 ਰੁਪਇਆ ਰਿਸ਼ਵਤ ਦੇ ਕੇ ਕਿਸ ਤਰ੍ਹਾਂ ਅਸੀਂ ਪਿੰਡਾਂ ਜੰਮੇ ਹੋਏ ਹਾਂ ਪਿੰਡਾਂ ਦੇ ਬੱਚਿਆਂ ਦੀ ਕੋਈ ਜਨਮ ਤਰੀਕ ਨਹੀਂ ਰੱਖਦਾ ਯਾਦ ਨਾ ਕੋਈ ਲਿਖਦਾ ਸ਼ਹਿਰਾਂ ਚ ਜਨਮ ਕੁੰਡਲੀਆਂ ਤਿਆਰ ਕਰਾ ਲੈਂਦੇ ਨੇ ਬੱਚਿਆਂ ਦੀ ਮਾਪੇ ਪੜੇ ਲਿਖੇ ਹੁੰਦੇ ਆ ਇੱਕ ਦਿਨ ਮੈਂ ਮੇਰੀ ਮੰਮੀ ਨੂੰ ਪੁੱਛਿਆ ਪਿੱਛੇ ਜੇ ਮੈਂ ਕਿਹਾ ਮੰਮੀ ਮੇਰੀ ਡੇਟ ਆਫ ਬਰਥ ਕੀ ਹੈ ਮੇਰੀ ਜਨਮ ਤਰੀਕ ਕੀ ਹੈ ਮੈਂ ਹੈਪੀ ਬਰਥਡੇ ਮਨਾਉਣਾ ਹੈਪੀ ਬਰਥਡੇ ਟੂ ਯੂ ਐ ਇੱਥੇ ਗਾਉਣ ਦੀ ਲੋੜ ਨਹੀਂ ਤੁਸੀਂ ਸਿੱਧਾ ਸਿੱਧਾ ਦੱਸੋ ਕਿ ਤੁਹਾਡੀ ਜਨਮ ਤਰੀਕ ਕੀ ਹੈ ਮੇਰੀ ਮੰਮੀ ਕਹਿੰਦੀ ਪੁੱਤ ਮੈਨੂੰ ਤਰੀਕ ਤਰੂਕ ਤਾਂ ਕੋਈ ਯਾਦ ਨਹੀਂ ਇੰਨਾ ਕੁ ਮੈਨੂੰ ਪਤਾ ਵੀ ਜਿਹੜੀ ਆਪਣੀਆਂ ਵੱਡੇ ਸਿੰਘਾਂ ਵਾਲੀ ਮੱਝ ਹੈ ਇਹਦੀ ਮਾਂ ਉਦੋਂ 3 ਮਹੀਨੇ ਦੀ ਕੱਟੀ ਮੈਂ ਕਿਹਾ ਮੰਮੀ ਐਦਾਂ ਡੰਗਰਾਂ ਦੀ ਨਾ ਦੱਸ ਨਾ ਤੂੰ ਕੋਈ ਹੋਰ ਆਈਡੀਆ ਦੇ ਦੇ ਮੈਂ ਆਪੇਂ ਅੰਦਾਜ਼ਾ ਲਾ ਲੂੰ ਕਿ ਕੋਈ ਵੱਡੀ ਘਟਨਾ ਹੋਈ ਹੋ ਜਿਸ ਸਾਲ ਮੈਂ ਜੰਮਿਆ ਤਾਂ ਫਿਰ ਚਰਨਮ ਤਰੀਕ ਪਤਾ ਲੱਗ ਗਈ ਉਹ ਕਹਿੰਦੇ ਮੈਨੂੰ ਯਾਦ ਹੈ ਕਿ ਜਿਹੜੇ ਸਾਲ ਤੂੰ ਜੰਮਿਆ ਸੀ ਉਸੇ ਸਾਲ ਵੱਡੇ ਹੜ੍ਹ ਆਏ ਸੀ ਬਹੁਤ ਜ਼ਿਆਦਾ ਹੜ੍ਹ ਆਏ ਸੀ ਮੈਂ ਜਨਾਬ ਬੱਸ ਫੜੀ ਤੇ ਮੈਂ ਸ਼ਹਿਰ ਪਹੁੰਚ ਗਿਆ ਜੀ ਬੱਸ ਚੜ ਕੇ ਸ਼ਹਿਰ ਚ ਲੈ ਗਿਆ ਮੁਜ਼ਰਮ ਕੀ ਦੱਸੋਗੇ ਸਰਕਾਰੀ ਬੱਸ ਚ ਗਈ ਸੀ ਜਾਂ ਪ੍ਰਾਈਵੇਟ ਦੇ ਵਿੱਚ ਸਰਕਾਰੀ ਆ ਜਾਂ ਪ੍ਰਾਈਵੇਟ ਨਾ ਪਤਾ ਨਹੀਂ ਜੀ ਉਹ ਤੁਹਾਡੇ ਵਾਂਗੂ ਮਿੰਨੀ ਜੀ ਸੀ ਠੀਕ ਹੈ ਠੀਕ ਹੈ ਅੱਗੇ ਦੱਸੋ ਸ਼ਹਿਰ ਦੇ ਵਿੱਚ ਹੱਡਾਂ ਵਾਲੇ ਡਿਪਾਰਟਮੈਂਟ ਦੇ ਦਫ਼ਤਰ ਚ ਜਾ ਕੇ ਮੈਂ ਪੁੱਛਿਆ ਕਿ ਦੱਸੋ ਜੀ ਮੈਨੂੰ ਕਿ ਵੱਡੇ ਹੱਡ ਕਿਹੜੇ ਸਾਲ ਆਏ ਸੀ ਉਹਨਾਂ ਨੇ ਜਨਾਬ ਆਪਣਾ ਇੱਕ ਭੇਤ ਹੀ ਖੋਲਤਾ ਉਹ ਕਹਿੰਦੇ ਅਸੀਂ ਤਾਂ ਹਰੇਕ ਸਾਲ ਕਾਗਜ਼ਾਂ ਚ ਪੰਜ-ਪੰਜ ਵਾਰੀ ਹੱਡ ਲਿਆਉਂਦੇ ਆ ਉਹ ਮੈਂ ਕਹਾਂ ਜੀ ਮੈਨੂੰ ਜਨਮ ਤਰੀਕ ਚਾਹੀਦੀ ਹੈ ਮੈਨੂੰ ਈਅਰ ਚਾਹੀਦਾ ਹੈ ਉਸ ਸਾਲ ਹੜ ਆਈ ਸੀ ਜਿਸ ਸਾਲ ਮੈਂ ਜੰਮਿਆ ਸੀ ਉਹ ਕਹਿੰਦੇ ਇੱਥੇ ਸਾਡੇ ਕਿਉਂ ਭੇਦ ਫਰੋਲਦਾ ਫਿਰਦਾ ਸਿੱਧਾ ਸੀਐਮਓ ਆਫਿਸ ਜਾ ਉੱਥੇ ਚੌਂਕੀਦਾਰ ਡਿਟੇਲ ਦਿੰਦਾ ਆ ਕਿ ਕਿੰਨੇ ਬੱਚੇ ਜੰਮੇ ਨੇ ਵਗੈਰਾ ਵਗੈਰਾ ਮੈਂ ਉੱਥੇ ਚਲੇਗਾ ਜੀ ਉੱਥੇ ਕਲਰਕਾਂ ਨੂੰ ਮੈਂ ਸਲੂਟ ਮਾਰ ਕੇ ਪੁੱਛਿਆ ਜੀ ਵੀ ਮੈਂ ਆਪਣੀ ਜਨਮ ਤਰੀਕ ਪਤਾ ਕਰਨੀ ਹੈ ਉਹ ਕਹਿੰਦੇ ਹੁਣੇ ਦੱਸ ਦਿੰਨੇ ਆ ਉਹਨੇ ਵੱਡੇ ਵੱਡੇ ਰਿਸਟਰ ਚੱਕੇ ਜਨਾਬ ਬਹੁਤ ਫਰੋਲੀ ਗਏ ਫਰੋਲੀ ਗਏ ਫਰੋਲੀ ਗਏ ਅੱਧਾ ਪੌਣਾ ਘੰਟਾ ਰਿਸਟਰ ਫੋਲ ਕੇ ਉਹਨ ਉਹ ਮੈਂ ਕਹਾਂ ਯਾਰ ਮੈਂ ਦਫ਼ਤਰਾਂ ਦੇ ਗੇੜੇ ਮਾਰ ਮਾਰ ਕੇ ਖੁਰਨ ਵਾਲਾ ਹੋਇਆ ਪਿਆ ਤੁਸੀਂ ਕਹਿੰਦੇ ਹੋ ਮੈਂ ਜੰਮਿਆ ਹੀ ਨਹੀਂ ਉਹ ਕਹਿੰਦੇ ਕਾਕਾ ਜਜ਼ਬਾਤੀ ਹੋਣ ਦੀ ਲੋੜ ਨਹੀਂ ਸਰਕਾਰੀ ਕੰਮ ਕਾਗਜ਼ਾਂ ਦੇ ਹੁੰਦੇ ਨੇ ਸਰਕਾਰੀ ਕਾਗਜ਼ ਇਹ ਦਰਸਾਉਂਦੇ ਨੇ ਕਿ ਮੇਰੀ ਅਜੇ ਇਸ ਦੁਨੀਆ 'ਚ ਐਂਟਰੀ ਨਹੀਂ ਹੋਈ ਮੈਂ ਕਹਾਂ ਜੀ ਮੈਨੂੰ ਦੁਬਾਰੇ ਜੰਮਣਾ ਪਊ ਹੁਣ ਉਹ ਕਹਿੰਦੇ ਨਹੀਂ ਦੁਬਾਰੇ ਜੰਮਣ ਦੀ ਲੋੜ ਨਹੀਂ ਹੁਣੇ ਜਮਾ ਦਿੰਨੇ ਆ ਬੋਲੋ 2000 ਵਾਲਾ ਜੰਮਣਾ ਜਾਂ 5 ਵਾਲਾ 2000 ਵਾਲਾ 5000 ਵਾਲਾ ਕਹਿੰਦੇ ਅੱਜ ਹੀ ਤੁਹਾਡੀ ਡੇਟ ਆਫ ਬਰਥ ਡਿਸਾਈਡ ਕਰਨੀ ਐ 10 ਜਨਵਰੀ 11 ਜਨਵਰੀ 12 ਜੂਨ 13 ਜੁ ਤੇ ਜੇ ਲੈਣੀ ਹੈ ਕੋਈ ਵੀਆਈਪੀ ਰੇਟ ਫਿਰ ਮਹਿੰਗਾ ਰੇਟ ਵੀਆਈਪੀ ਡੇਟਾ ਦਾ ਫਿਰ ਮਹਿੰਗੀਆਂ ਸੀ ਨਾ ਜੀ ਮੈਂ ਤਾਂ 2000 ਰੁਪਿਆ ਦੇ ਕੇ 17 ਅਕਤੂਬਰ ਨੂੰ ਜਨਮ ਲਿਆ ਜੀ ਤਾਂ ਫਿਰ ਮੁਜਰਮ 2000 ਰੁਪਿਆ ਰਿਸ਼ਵਤ ਦੇ ਕੇ ਪੈਦਾ ਹੋਇਆ ਹੂੰ ਇਸ ਤੋਂ ਪਹਿਲਾਂ ਕਿ ਮੈਂ ਤੇਰੇ ਬਚਪਨ ਬਾਰੇ ਪੁੱਛਾਂ ਕੀ ਤੁਸੀਂ ਇਹ ਦੱਸੋਗੇ ਮਾਨਜੋਗ ਅਦਾਲਤ ਨੂੰ ਕਿ ਤੁਸੀਂ ਪੁਲਿਸ ਦੇ ਵਿੱਚ ਭਰਤੀ ਹੋਏ ਹੋ ਹਾਂ ਜੀ ਮੈਂ ਪੁਲਿਸ ਚ ਰਿਹਾ ਜੀ ਮੈਂ 3 ਮਹੀਨੇ ਪੁਲਿਸ ਚ ਲਾਇਆ ਜੀ 3 ਕੁ ਮਹੀਨੇ ਨੌਕਰੀ ਕਿਉਂ ਛੱਡੀ ਮੈਂ ਕਦੋਂ ਨੌਕਰੀ ਛੱਡੀਆ ਉਹਨਾਂ ਨੇ ਮੈਨੂੰ ਕੱਢਿਆ ਕੱਢਿਆ ਗਿਆ ਕਿਉਂ ਕੱਢਿਆ ਗਿਆ ਉਹ ਕੱਢਦੇ ਕਿਉਂ ਨਾ ਜੀ ਮੇਰੇ ਕੰਮ ਹੀ ਇਦਾਂ ਦੇ ਸੀ ਜੀ ਕਿਦਾਂ ਦੇ ਸਾਰੇ ਤਾਂ ਯਾਦ ਹੀ ਮੈਨੂੰ ਥੋੜੇ ਥੋੜੇ ਯਾਦ ਨੇ ਕੁਛ ਦੱਸੋ